ਸਲਾਮ ਵਾਲੇकुम ਜਨਾਬ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਤੇ ਖੁਸ਼ ਰੱਖੇ ਆਬਾਦ ਰੱਖੇ ਤੇ ਜਨਾਬ ਅੱਜ ਜਿਹੜਾ ਉਹ ਹਕਮਤullah ਪਠਾਨ ਖਾਨ ਸਾਹਿਬ ਜਿਹੜੇ ਇਥੇ ਲਾਹੌਰ ਦੇ ਵਿੱਚ ਫਰਖਾਬਾਦ ਦੇ ਕਰੀਬ ਇਹਨਾਂ ਨੇ ਇੱਕ ਜਗਾ ਬਣਾਈ ਏ ਉਹ ਜਗਾ ਦੇ ਅੰਦਰ ਤੁਹਾਨੂੰ ਦੁਕਾਨ ਹੈ ਕਿ ਇੱਕ ਇਹ ਕੋੜਾ ਬਹੁਤ ਪਿਆਰਾ ਕੋੜਾ ਹੈ ਫੋਰ ਸੇਲ ਔਰ ਇਹਦੀ ਥੋੜੀ ਉਮਰ ਹੈ ਜ਼ਿਆਦਾ ਉਮਰ ਨਹੀਂ ਹੈਗਾ ਤੇ ਚੀਜ਼ ਜਨਾਬ ਤੁਹਾਡੇ ਸਾਹਮਣੇ ਤੇ ਕਦ ਕੁਦ ਵੀ ਜਿਹੜਾ ਉਹ ਤਕਰੀਬਨ ਕੋਈ 55 ਕ 56 55 55 ਇੰਚ ਹਾਈਟ ਹੈਗੀ ਹੈ ਕਦ ਕਰੇਗਾ ਤੇ ਇਹਦੇ ਪੈਰ ਵੇਖੋ ਤੁਸੀਂ ਇਹਦੇ ਪੈਰ ਜਿਹੜੇ ਤੁਹਾਨੂੰ ਥੋੜਾ ਜਿਹਾ ਮੁxtਲਫ ਨਜ਼ਰ ਆ ਰਹੇ ਹੋਣਗੇ ਉਹਦੀ ਵਜ੍ਹਾ ਇਹ ਹੈਗੀ ਕਿ ਜਰਾ ਜਿਹੜਾ ਨਾ ਉਹਨਾਂ ਨੇ ਮੁਨਾਇਆ ਯਾਨੀ ਵਾਲ ਵਗੈਰਾ ਕੋ ਸਾਫ ਕਰਵਾਏ ਨੇ ਤੇ ਇਹ جناب ਫੋਰ ਸੇਰ ਹੈਗਾ ਨੰਬਰ ਖਾਨ ਭਾਈ ਦਾ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ 0333 83200 ਪੂਰਾ 24 ਇਹ جناب ਨੰਬਰ ਕੁਝ ਮੇਰੇ ਦੋਸਤ ਕਹਿੰਦੇ ਨੇ ਜੀ ਸਾਨੂੰ ਖਾਨ ਸਾਹਿਬ ਦਾ ਨੰਬਰ ਨਹੀਂ ਮਿਲਿਆ ਤੇ ਜਨਾਬ ਹਕਮਤ ਦਾ ਇਹ ਨੰਬਰ ਵੀਡੀਓ ਦੇ ਵਿੱਚ ਇਹ ਵੀਡੀਓ ਪੂਰਾ ਪੂਰੀ ਵੇਖੋਗੇ ਤਾਂ ਤੁਹਾਨੂੰ ਨੰਬਰ ਜਿਹੜਾ ਹੈ ਨਾ ਇਹਦਾ ਨਜ਼ਰ ਆ ਜਾਏਗਾ ਐਕਟਿਵ ਬਛੇਰਾ ਹੈਗਾ ਜੀ ਤੇ ਇਹਦਾ ਜਨਾਬ ਜਿਹੜਾ ਹੈਗਾ ਪ੍ਰਾਈਸ ਵਗੈਰਾ ਤੁਸੀਂ ਉਹਦੇ ਨਾਲ ਹੀ ਕਰ ਲਓ ਕਿਉਂਕਿ ਪ੍ਰਾਈਸ ਵਗੈਰਾ ਮੈਨੂੰ ਇਹਦੀ ਉਹਨੇ ਨਹੀਂ ਦੱਸੀ ਤੇ ਮਾਸ਼ਾਅੱਲਾ ਚੀਜ਼ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਤੇ ਦੇਖ ਸਕਦੇ ਜੇ ਤੁਸੀਂ ਐਕਟਿਵ ਬਚੇਰਾ ਕਿਸ ਤਰ੍ਹਾਂ ਸਿੱਖ ਪਾਲ ਹੋ ਰਿਹਾ ਹੈ ਔਰ ਕਿਸ ਤਰ੍ਹਾਂ ਜਿਹੜਾ ਉਹ ਉਹਦੀ ਐਕਟਿਵ ਜਿਹੜਾ ਤੁਹਾਡੇ ਸਾਹਮਣੇ ਤੇ ਇਹ ਜਨਾਬ ਤੁਸੀਂ ਚੈੱਕ ਕਰੋ ਮਾਸ਼ਾਅੱਲਾ ਤੇ ਉਹਨੂੰ ਫੂਮ ਕਰਕੇ ਜਿਹੜਾ ਇਹ ਜਾਨਵਰ ਤੁਸੀਂ ਲੈ ਸਕਦੇ ਜੇ ਸਾਡੀ ਵੀਡੀਓ ਅੱਛੀ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਾ ਜੇ ਤੇ ਜਨਾਬ ਚੈਨਲ ਨੂੰ ਵੀ ਸਬਸਕ੍ਰਾਈਬ ਕਰਾ ਜੇ ਤੇ ਇਸ ਤੋਂ ਇਲਾਵਾ ਵੀ ਜਿਹੜੇ ਨੇ ਉਹ ਜਾਨਵਰ ਹੈ ਨੇ ਤੇ ਉਹ ਇਨਸ਼ਾਅੱਲਾ ਅਸੀਂ ਤੁਹਾਨੂੰ ਇਹ ਇਹ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਜਨਾਬ ਮਾਸ਼ਾਅੱਲਾ ਜਾਨਵਰ ਜਿਹੜੇ ਹੈਗੇ ਨੇ ਉਹ ਜਿਹੜੇ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਰਿਹਾ ਜਾਂ ਜਿਹੜਾ ਵੀ ਮੈਂ ਤੁਹਾਨੂੰ ਦਿਖਾਣਾ ਗੌਰ ਨਾਲ ਦੇਖਿਆ ਕਰੋ ਜਾਨਵਰ ਨੂੰ تاکہ ਜਿਹੜਾ ਉਹ ਜਾਨਵਰ ਜਿਹੜਾ ਤੁਹਾਡੀ ਨਜ਼ਰ ਦੇ ਵਿੱਚ ਆ ਜਾਵੇ ਔਰ ਕੁਵੀਆਂ ਖਾਮੀਆਂ ਜਿਹੜੀਆਂ ਨੇ ਤੁਹਾਨੂੰ ਨਜ਼ਰ ਆ ਜਾਣ ਜਾਨਵਰ ਦੀਆਂ ਤੇ ਮਾਸ਼ਾਅੱਲਾ ਕਿਉਂਕਿ ਮੇਰਾ ਮਕਸਦ ਇਹ ਕਿ ਤੁਹਾਨੂੰ ਅੱਛਾ ਜਾਨਵਰ ਮਿਲੇ ਤਾਂ ਕਿ ਅੱਛਾ ਸ਼ੌਕ ਕਰੋ ਤੇ ਅਗਰ ਕੋਈ ਬੁਰਾ ਜਾਨਵਰ ਮਿਲੇਗਾ ਜਾਂ ਕੋਈ ਖਰਾਬ ਮਿਲੇਗਾ ਤੇ ਫਿਰ ਇੱਕੋ ਵਾਰੀ ਤੁਸੀਂ ਲਓਗੇ ਦੂਸਰੀ ਵਾਰੀ ਜਾਨਵਰ ਦਾ ਖਾਬ ਨਹੀਂ ਸੋਚੋਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲੇ ਘਰਾਂ ਦੇ ਵਿੱਚ ਦੋਸਤ ਅਹਿਬਾਬ ਜਿਹੜੇ ਨੇ ਜ਼ਿਆਦਾਤਰ ਇਹ ਕਹਿੰਦੇ ਨੇ ਕਿ ਜੀ ਮੱਝਾਂ ਤੁਸੀਂ ਲੈ ਲਓ ਬੱਚਾ ਲੈ ਲਓ ਬੱਚੀ ਲੈ ਲਓ ਚਲੋ ਪਾਲੋ ਤੇ ਘੋੜੀ ਘੋੜਾ ਨਾ ਤੁਸੀਂ ਲਵੋ ਤੇ ਇਹ ਪੈਸੇ ਬੌਂਡ ਕਰੋਗੇ ਇਹ ਕਰੋਗੇ ਉਹ ਕਰੋਗੇ ਕਿਉਂਕਿ ਇਹ ਇਹ ਸ਼ੌਕ ਨੂੰ ਮੁxtਲਫ مخਾਲਫਤ ਦਾ ਸਾਹਮਣਾ ਵੀ ਹੈ ਤੇ ਇਸ ਲਈ ਅੱਛਾ ਜਾਨਵਰ ਹੋਵੇਗਾ ਤੇ ਕਮ ਸੇ ਕਮ ਤੁਸੀਂ ਤੁਹਾਨੂੰ ਦਿਲੀ ਸਕੂਨ ਹੋਵੇਗਾ ਐਦਾਂ ਤੁਸੀਂ ਵੇਖੋ ਐ ਤੁਸੀਂ ਦੇਖ ਸਕਦੇ ਜੇ ਇਹਦੀ ਉਮਰ ਐ ਇਹ ਸੂਆ ਜਿਹੜਾ ਹੈਗਾ ਇਹ ਬਿਲਕੁਲ ਹਾਲੇ ਜਿਹੜਾ ਨਾ ਉਹ ਕੱਢਦਾ ਪਿਆ ਤੇ ਉਮਰ ਤੁਹਾਡੇ ਸਾਹਮਣੇ ਤੇ ਤੇ جناب 마शाल्लाह ਜਿਹੜਾ ਨਾ ਇਹ ਵੀ ਹੋ ਗਿਆ ਮਾਮਲਾ ਤੇ جناب ਇਨਸ਼ਾਅੱਲਾ ਤੁਹਾਨੂੰ ਵੀ ਦੇਖੋ ਨੰਬਰ ਤੁਹਾਡੇ ਨਾਲ ਦੁਬਾਰਾ ਫੇਰ ਸ਼ੇਅਰ ਕਰ ਦਿੰਨੇ ਆ 0333 83200 ਪੂਰਾ ਚਾਹ ਜੀ ਤੇ ਇਹ ਦੇਖੋ 마शाल्लाह ਸਾਹਮਣੇ ਤੇ مزید ਜਿਹੜਾ ਹੈਗਾ ਅਗਰ ਤੁਹਾਨੂੰ ਵੀਡੀਓ ਦੇ ਵਿੱਚ ਫਰਕ ਲੱਗਦਾ ਹੈ ਤੇ ਤੁਸੀਂ مزید ਵੀ ਹਿਕਮਤੁੱਲਾਹ ਦੇ ਕੋਲੋਂ ਤਸਵੀਰਾਂ ਜਾਂ ਕਿਸੇ ਵੀ ਯਾਨੀ ਕਿ ਅਗਰ ਗਾਮਚੀਆਂ ਦੇ ਉੱਤੇ ਫਰਕ ਹੈ ਤੇ ਗਾਮਚੀਆਂ ਦੀ ਵੀਡੀਓ ਬਣਵਾ ਕੇ ਤੇ ਲੈ ਸਕਦੇ ਜੇ ਜਾਂ ਕਿਸੇ ਹੋਰ ਚੀਜ਼ ਕੋ ਗੱਲਬਾਤ ਹੈ ਤੇ ਉਹ ਵੀ ਤੁਸੀਂ ਉਹਨਾਂ ਦੇ ਨਾਲ ਕਰਕੇ ਆਪਣਾ ਜਿਹੜਾ ਉਹ ਬਿਲਕੁਲ ਹਰ ਤਰੀਕੇ ਦੇ ਨਾਲ ਉਹ ਤੁਸੀਂ ਕਰ ਸਕਦੇ ਜੇ ਇਹ ਇੱਕ ਘੋੜੀ ਹੈ ਇਹ ਵੀ ਫੋਰ ਸੇਲ ਹੈਗੀ ਹੈ ਔਰ ਇਹ ਜਿਹੜੀ ਮਿਕਸ ਬਰੀਡ ਦੀ ਘੋੜੀ ਹੈਗੀ ਜੇ ਇਹ ਵੇਖੋ ਇਹ ਕੱਦ ਕਾਠ ਵਾਲੀ ਘੋੜੀ ਹੈ ਅੱਛੀ ਹਾਈਟ ਵਾਲੀ ਹੈ ਤੇ ਮਾਸ਼ਾਅੱਲਾ ਇਹ ਵੀ ਫੋਰ ਸੇਲ ਹੈ ਤੇ ਇਸ ਵਾਸਤੇ ਜਿਹੜਾ ਇਹ ਵੀ ਕੁੜੀ ਦੇ ਬਾਰੇ ਦੇ ਵਿੱਚ ਅਗਰ ਤੁਸੀਂ ਗੱਲ ਕਰਨੀ ਹੋਵੇ ਤੇ ਤੁਸੀਂ ਹਕਮਤ ਦੇ ਨਾਲ ਇਹ ਫੋਨ ਦੇ ਉੱਤੇ ਗੱਲ ਤੁਸੀਂ ਕਰ ਸਕਦੇ ਜੀ مختلف ਜਾਨਵਰ ਉਹਨਾਂ ਦੇ ਕੋਲੇ ਆਂਦੇ ਰਹਿੰਦੇ ਨੇ ਮੰਡੀ ਦੇ ਵਿੱਚੋਂ ਖਰੀਦਾਰੀ ਉਹ ਨਹੀਂ ਕਰਦੇ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਜਾਨਵਰ ਉਹ ਲੈ ਕੇ ਆਂਦੇ ਨੇ ਮਗਰ ਗੱਲ ਫਿਰ ਵੀ ਸਿਰਫ ਉਹ ਹੀ ਇੱਕ ਜਿਹੜਾ ਜਾਨਵਰ ਲਵੋ ਬਿਲਕੁਲ ਵੇਖ ਚਾਖ ਕੇ ਉਹ ਲਿਆ ਕਰੋ ਚਾਹੇ ਮਮੀ ਗੱਲ ਕਰਦਾ ਪਿਆਉਣਾ ਮਗਰ ਜੋ ਗੱਲ ਮਮੀ ਕਰਦਾ ਹੋਵਾ ਉਹ ਵੀ ਇਨਸ਼ਾਅੱਲਾਹੁ ਤਾਲਾ ਪਰਫੈਕਟ ਹੁੰਦੀ ਹੈ ਮੈਂ ਕੋ ਰੱਖ ਕੇ ਗੱਲ ਨਹੀਂ ਕਰਦਾ ਤੁਹਾਡੀ ਫੇਵਰ ਦੇ ਵਿੱਚ ਉਹਦੀ ਫੇਵਰ ਦੇ ਵਿੱਚ ਉਹ ਗੱਲ ਕਰਨਾ ਮੈਨੂੰ ਮੈਂ ਕੋਸ਼ਿਸ਼ ਕਰਨਾ ਕਿ ਅੱਲਾਹ ਪਾਕ ਕੋਈ ਮੇਰੇ ਜ਼ੁਬਾਨ ਦੇ ਵਿੱਚ ਐਸੇ ਅਲਫਾਜ਼ ਨਾ ਨਿਕਲ ਜਾਣ ਜਿੰਦਾ ਮੈਨੂੰ ਦੇਣਾ ਪਵੇ ਤੇ ਜਨਾਬ ਮੈਂ ਇਨਸ਼ਾਅੱਲਾਹੁ ਤਾਲਾ ਇਜਾਜ਼ਤ ਚਾਹਨਾ ਜੀ ਤੇ ਇਹ ਵੀਡੀਓ ਤੁਹਾਡੇ ਸਾਹਮਣੇ ਮਾਸ਼ਾਅੱਲਾ ਹਰ ਚੀਜ਼ ਇਹਦੇ ਵੀ ਤੁਸੀਂ ਪੈਰਪੂਰ ਵੇਖਿਆ ਕਰੋ ਹਰ ਚੀਜ਼ ਵੇਖਿਆ ਕਰੋ ਪੈਰ ਵੇਖਿਆ ਕਰੋ ਇਹਦੇ ਨਾਲ ਇੱਕ ਜਿਹੜੀ ਹੈ ਲਾਲ ਘੋੜੀ ਹੈ ਇੱਕ ਐਸ ਸਾਵੀ ਘੋੜੀ ਹੈ ਜੀ ਐ ਐਸਾ ਵੀ ਇਹ ਵੀ ਘੋੜੀ ਫੋਰ ਸੇਲ ਹੈ ਕੱਦ ਛੋਟਾ ਹੈ ਇਹਦਾ ਵੀ ਤੇ ਇਹ ਵੀ ਜਿਹੜੀ ਹੈ ਸੀਲ ਸਾਊ ਹੈ ਰਾਈਡਿੰਗ ਰੂਟਿੰਗ ਵਾਸਤੇ ਵੇਕਰ ਚਾਹੀਦੀ ਹੋਵੇ ਤੇ ਇਹ ਵੀ ਰਾਈਡਿੰਗ ਰੂਟਿੰਗ ਵਾਸਤੇ ਠੀਕ ਹੈ ਐਕਟਿਵ ਹੈ ਜੀ ਤੇ ਮਾਸ਼ਾਅੱਲਾ ਲੋ ਜਨਾਬ ਇਹ ਸਾਹਮਣੇ ਤੁਹਾਡੇ ਜਾ ਰਹੀ ਹੈ ਮੁੰਡਾ ਵੇਖਦਾ ਪਿਆ ਔਰ ਪੰਜਾਹਦਾ ਪਿਆ ਤੇ ਨੰਬਰ ਦੁਬਾਰਾ ਫੇਰ ਵੀਡੀਓ ਦੇ ਵਿੱਚ ਦੱਸ ਦੇਣ ਕਿਉਂਕਿ ਸਭ ਨਾਲੋਂ ਜ਼ਿਆਦਾ ਜਦੋਂ ਫੋਨ ਮੈਨੂੰ ਕਰਦੇ ਨੇ ਲੋਕ ਤੇ ਇਹੋ ਹੀ ਕਹਿੰਦੇ ਨੇ ਕਿ ਬਾਬਾ ਜੀ ਤੁਹਾਡਾ ਜਿਹੜਾ ਨਾ ਇੱਕ ਮੁੰਡਾ ਨੰਬਰ ਨਹੀਂ ਸਾਨੂੰ ਮਿਲ ਰਿਹਾ ਤੇ ਨੰਬਰ ਫੇਰ ਹੁਣ ਮੈਂ ਤੀਸਰੀ ਜਗ੍ਹਾ ਤੋਂ ਤੇ ਨੰਬਰ ਨੂੰ ਨਾ ਦੁਬਾਰਾ ਫੇਰ ਦੱਸਣ ਲੱਗਾ ਜੀ 033383200 ਪੂਰਾ 24 ਤੇ ਲੋ ਜਨਾਬ ਮਾਸ਼ਾਅੱਲਾ ਸਾਰੇ ਜਾਨਵਰ ਤੁਹਾਨੂੰ ਮੈਂ ਦਿਖਾਏ ਨੇ ਵਾਰ-ਵਾਰ ਤੁਹਾਨੂੰ ਮੈਂ ਗੱਲ ਕਰਦਾ ਪਿਆ ਕਿ ਤੁਸੀਂ ਅਗਰ ਕਿਸੇ ਚੀਜ਼ ਦੇ ਉੱਤੇ ਡਾਊਟ ਹੋ ਜਾਂਦਾ ਕਿਸੇ ਵੀ ਜਾਨਵਰ ਦੇ ਬਾਰੇ ਚ ਜਾਂ ਮੰਡੀ ਦੇ ਜਾਨਵਰ ਦੇ ਬਾਰੇ ਦੇ ਵਿੱਚ ਜਦੋਂ ਤੁਸੀਂ ਮਾਲਕ ਕੋਲੋਂ ਉਹ ਚੀਜ਼ ਕਲੀਅਰ ਜ਼ਰੂਰ ਕਰਵਾਇਆ ਕਰੋ ਕਿਉਂਕਿ ਤੁਸੀਂ ਜਾਨਵਰ ਲੈਣਾ ਮੁਫਤ ਨਹੀਂ ਲੈਣਾ ਪੈਸੇ ਦੇਣੇ ਨੇ ਉਹਨਾਂ ਨੇ ਪੈਸੇ ਵੱਢਣੇ ਨੇ ਇੱਥੋਂ ਤੱਕ ਹੁਕਮ ਹੈ ਕਿ ਜਦੋਂ ਤੁਸੀਂ ਜਾਨਵਰ ਲਵੋ ਯਾ ਕੋਈ ਚੀਜ਼ ਵੀ ਲਵੋ ਤੇ ਇੰਨਾ ਕੋ ਉਹਦੇ ਨਾਲ ਤੋੜ ਜੋੜ ਕਰੋ ਕਿ ਤੁਹਾਨੂੰ ਪਸੀਨਾ ਆ ਜਾਵੇ ਔਰ ਉਹਦੇ ਵਾਸਤੇ ਜਿਹੜਾ ਵੇਚ ਰਿਹਾ ਉਹਦੇ ਵਾਸਤੇ ਹੁਕਮ ਹੈ ਕਿ ਆਪਣਾ ਮਾਲ ਦੀਆਂ ਖੂਬੀਆਂ ਕਾਮੀਆਂ ਸਾਰੀਆਂ ਉਹ ਦਸਨੀਆਂ ਚਾਹੀਦੀਆਂ ਨੇ ਅੱਲਾ ਪਾਤਸ਼ਾਹ ਜੀ ਸਾਨੂੰ ਤੋਫੀਕ ਦੇਵੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਨ ਦੇ ਤਾਂ ਕਿ ਸਾਡੀ ਦੁਨੀਆ ਵੀ ਅੱਛੀ ਹੋਵੇ ਆਕਤਬਤ ਵੀ ਸਾਡੀ ਅੱਛੀ ਹੋਵੇ ਫਿਰ ਤੁਹਾਨੂੰ ਪਤਾ ਜੀਣ ਦਾ ਸ਼ੌਕ ਤਾਂ ਚੱਲਦਾ ਹੀ ਰਹਿੰਦਾ ਤੇ ਜਨਾਬ ਮਾਸ਼ਾਅੱਲਾ ਇਹ ਦੇਖੋ ਇਹਦਾ ਜਿਹੜੀ ਕੋੜੀ ਫੋਰ ਸੇਲ ਹੈ ਇਹਦਾ ਕਲਰ ਮਾਸ਼ਾਅੱਲਾ ਤੁਸੀਂ ਦੇਖੋ ਕਿ ਰੋਜ਼ੀ ਬਾਸ ਦੇ ਵਿੱਚ ਠੀਕ ਹੈ। ਅਗਰ ਤੁਸੀਂ ਰੋਜ਼ੀ ਕਰਨਾ ਚਾਹੁੰਦੇ ਜੇ ਉਹ ਵੀ ਠੀਕ ਹੈ। ਰੇੜੇ ਦੇ ਵਿੱਚ ਪਾਣਾ ਚਾਹੁੰਦੇ ਜੇ ਉਹ ਵੀ ਠੀਕ ਹੈ। ਪੱਠਿਆਂ-ਪੁੱਠਿਆਂ ਦੇ ਉੱਤੇ ਲਾਣਾ ਚਾਹੁੰਦੇ ਜੇ ਉਹ ਵੀ ਠੀਕ ਹੈ। ਬੱਚੇ ਨੂੰ ਅਗਰ ਤੁਸੀਂ ਰਾਈਡਿੰਗ ਸਿਖਾਉਣਾ ਚਾਹੁੰਦੇ ਜੇ ਫੇਰ ਵੀ ਇਹ ਕੁੜੀ ਠੀਕ ਹੈ। ਇਹਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ ਬੱਚਾ ਨੂੰ ਕਰ ਸਕਦੇ ਜੇ ਇਹ ਕੁੜੀ ਜਿਹੜੀ ਹੈਗੀ ਹੈ ਇਹ ਕੁੜੀ ਕਾਦੀ ਅੱਛੀ ਹੈਗੀ ਹੈ ਤੇ ਇਹ ਇਹ ਵੀ ਫੋਰ ਸੇਲ ਹੈ। ਜਿਹੜੇ ਬੰਦੇ ਨੂੰ ਜਿਹੜੇ ਦੋਸਤ ਨੇ ਪਤਾ ਲੱਗਦਾ ਪਿਆ ਕਿ ਇਹ ਕੁੜੀ ਲੈਣੀ ਹੈ। ਉਹ ਲੈ ਸਕਦਾ ਹੈ ਹੱਥ ਪੈਰ ਜਿਹੜੇ ਇਹਨੇ ਤੁਹਾਡੇ ਸਾਹਮਣੇ ਨੇ ਗਮਚੇ ਵਗੈਰਾ ਸਾਹੀ ਵਗੈਰਾ ਐ ਜਿਹੀ ਕੋੜੀ ਹੈ ਹਰ ਚੀਜ਼ ਹੈ ਬੰਦਾ ਗੱਲਬਾਤ ਕਰਦਾ ਪਿਆ ਤੇ ਪਤਾ ਨਹੀਂ ਕੋੜੀ ਦੀ ਕਰਦਾ ਪਿਆ ਜਾਂ ਪਤਾ ਨਹੀਂ ਕਿਹਦੀ ਕਰਦਾ ਪਿਆ ਬਹਾਰਗ ਜੇਨਬ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਕਰ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜੇ ਅੱਲਾਹ ਭਾਗ ਤੁਹਾਨੂੰ ਸਲਾਮਤ ਰੱਖੇ ਅੱਲਾਹ ਤਸਵੀਮ